This is coronavirus COVID-19 update. ਓਨਟਾਰੀਓ ਵਿੱਚ ਅੱਜ ਕੋਰੋਨਾ ਵਾਇਰਸ ਦੇ 100 ਨਵੇਂ ਕੇਸਿਸ ਕਨਫਰਮ ਹੋਏ ਨੇ, ਜਿਸ ਨਾਲ ਪ੍ਰੋਵਿੰਸ ਵਿੱਚ ਕੁੱਲ ਕੇਸਿਸ ਦੀ ਗਿਣਤੀ 688 ਹੋ ਗਈ ਹੈ ਅਤੇ ਇਸ ਵਾਇਰਸ ਕਰਕੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹਦੇ ਵਿੱਚ ਵੀ ਵਾਧਾ ਹੋਇਆ ਤੇ 9 ਡੈਥਸ ਜਿਹੜੀਆਂ ਨੇ ਉਹ ਕਨਫਰਮ ਹੋ ਚੁੱਕੀਆਂ। ਓਟਵਾ ਸਿਟੀ ਵੱਲੋਂ ਅੱਜ ਕੋਵਿਡ-19 ਪੈਂਡੈਮਿਕ ਦੇ ਚੱਲਦੇ ਆ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ। ਇਹ ਕਦਮ ਚੁੱਕ ਕੇ ਹੁਣ ਸ਼ਹਿਰ ਨੂੰ ਐਮਰਜੈਂਸੀ ਆਪਰੇਸ਼ਨਸ ਚਲਾਉਣ ਤੇ ਲੋੜ ਪੈਣ ਤੇ ਵਾਧੂ ਸਟਾਫ ਤੈਨਾਤ ਕਰਨ ਵਿੱਚ ਸੌਖ ਹੋ ਜਾਵੇਗੀ। ਓਟਵਾ ਵਿੱਚ ਹੁਣ ਤੱਕ ਕੋਵਿਡ-19 ਦੇ 25 ਕੇਸਿਸ ਕਨਫਰਮ ਹੋ ਚੁੱਕੇ ਨੇ ਤੇ 13 ਇੰਟਰਮੀਡੀਏਟ ਕੇਸਿਸ ਦੀ ਜਾਂਚ ਜਾਰੀ ਹੈ। ਬ੍ਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਨੇ ਕਮਲ ਖਹਿਰਾ, ਉਹਨਾਂ ਨੂੰ ਵੀ ਕੋਵਿਡ-19 ਦੇ ਟੈਸਟ ਵਿੱਚ ਪੋਜ਼ਿਟਿਵ ਪਾਇਆ ਗਿਆ। ਇਹ ਬ੍ਰੈਂਪਟਨ ਦਾ ਪਹਿਲਾ ਹਾਈ ਪ੍ਰੋਫਾਈਲ ਕੇਸ ਹੈ, ਇਸ ਕਰਕੇ ਜਿਹੜੀ ਕਮਿਊਨਿਟੀ ਹੈ ਉਹਦੇ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਹੋਰ ਵੀ ਵੱਧ ਗਈ ਹੈ। ਅੱਜ ਤੜਕੇ ਪਾਰਲੀਮੈਂਟ ਵਿੱਚ ਮਿਲੀ ਮਨਜ਼ੂਰੀ ਪਿੱਛੋਂ ਲਿਬਰਲ ਸਰਕਾਰ ਦੇ ਕੋਵਿਡ-19 ਦੇ $82 billion ਦੇ ਏਡ ਪੈਕੇਜ ਨੂੰ ਸੈਨੇਟ ਨੇ ਵੀ ਮਨਜ਼ੂਰੀ ਦੇ ਦਿੱਤੀ। ਕੈਨੇਡਾ ਦੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਦਾ ਕਹਿਣਾ ਹੈ ਕਿ ਕੈਨੇਡਾ ਪਰਤ ਕੇ ਆਉਣ ਵਾਲੇ ਲੋਕਾਂ ਵੱਲੋਂ ਆਪਣੇ ਆਪ ਨੂੰ 14 ਦਿਨਾਂ ਲਈ ਕੁਆਰੰਟੀਨ ਕਰਨਾ ਜ਼ਰੂਰੀ ਹੋਵੇਗਾ। ਇਹ ਨਵਾਂ ਨਿਯਮ ਅੱਜ ਰਾਤ 12 ਵਜੇ ਤੋਂ ਪੂਰੇ ਕੈਨੇਡਾ ਵਿੱਚ ਲਾਗੂ ਹੋਵੇਗਾ। ਮਿਨਿਸਟਰ ਦੇ ਮੁਤਾਬਿਕ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨੇ ਤੇ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਇਸ ਨਿਯਮ ਤੋਂ ਐਸੈਂਸ਼ੀਅਲ ਟ੍ਰੈਵਲਰਸ ਜਿਵੇਂ ਕਿ ਟਰੱਕ ਡਰਾਈਵਰਸ ਨੂੰ ਛੂਟ ਦਿੱਤੀ ਗਈ ਹੈ। ਅੱਜ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ ਪਿਛਲੇ ਹਫ਼ਤੇ ਐਲਾਨੇ ਗਏ 2 ਬੈਨੀਫਿਟਸ ਨੂੰ ਰੀਪੈਕੇਜ ਕਰਕੇ ਹੁਣ 1 ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਬਣਾਇਆ ਜਾ ਰਿਹਾ ਹੈ। ਇਸ ਅਧੀਨ ਕੈਨੇਡੀਅਨਸ ਨੂੰ ਅਗਲੇ 4 ਮਹੀਨਿਆਂ ਲਈ $2,000 ਮਿਲ ਸਕਦੇ ਹਨ। ਇਹ ਬੈਨੀਫਿਟ ਅਪਲਾਈ ਕਰਨ ਲਈ ਜਲਦ ਹੀ ਆਨਲਾਈਨ ਪੋਰਟਲ ਲਾਂਚ ਕੀਤਾ ਜਾਵੇਗਾ। ਕੋਵਿਡ-19 ਕਰਕੇ ਦੁਨੀਆ ਭਰ ਵਿੱਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ 21,000 ਨੂੰ ਪਾਰ ਕਰ ਚੁੱਕਾ ਹੈ। ਪਿਛਲੇ 24 ਘੰਟਿਆਂ ਦੌਰਾਨ ਇਟਲੀ ਵਿੱਚ 683, ਸਪੇਨ ਵਿੱਚ 656, ਫਰਾਂਸ ਵਿੱਚ 231 ਅਤੇ ਅਮਰੀਕਾ ਵਿੱਚ 151 ਨਵੀਆਂ ਮੌਤਾਂ ਹੋਈਆਂ ਨੇ। ਕੋਰੋਨਾ ਵਾਇਰਸ ਦੇ ਚੱਲਦੇ UK ਦੀ ਪਾਰਲੀਮੈਂਟ ਨੂੰ 1 ਮਹੀਨੇ ਵਾਸਤੇ ਬੰਦ ਕਰ ਦਿੱਤਾ ਗਿਆ ਹੈ। MPs ਵੱਲੋਂ ਇਸ ਬਾਰੇ ਵੋਟਿੰਗ ਕਰ ਹੁਣ ਪਾਰਲੀਮੈਂਟ 21 ਅਪ੍ਰੈਲ ਨੂੰ ਖੋਲ੍ਹਣ ਤੇ ਸਹਿਮਤੀ ਜਤਾਈ ਗਈ ਹੈ, ਜਿਸ ਦਿਨ ਬਜਟ ਲੈਜਿਸਲੇਸ਼ਨ ਤੇ ਗੱਲ ਹੋਵੇਗੀ। 71 ਵਰਿਆਂ ਦੇ ਪ੍ਰਿੰਸ ਚਾਰਲਸ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਏ ਹਨ। ਮੌਜੂਦਾ ਸਮੇਂ ਵਿੱਚ ਉਹ ਸਕਾਟਲੈਂਡ ਵਿੱਚ ਸੈਲਫ ਆਈਸੋਲੇਟ ਹੋ ਗਏ ਹਨ। ਉਹਨਾਂ ਦੇ ਸਿੰਪਟਮਸ ਫਿਲਹਾਲ ਮਾਈਲਡ ਦੱਸੇ ਜਾਂਦੇ ਹਨ। ਸਾਊਦੀ ਅਰਬ ਵਿੱਚ ਕੋਵਿਡ-19 ਕਰਕੇ ਪਹਿਲੀ ਮੌਤ ਦਰਜ ਹੋਈ ਹੈ। ਉੱਥੋਂ ਦੀ ਹੈਲਥ ਮਿਨਿਸਟਰੀ ਦੇ ਮੁਤਾਬਕ ਮਰਨ ਵਾਲਾ ਵਿਅਕਤੀ 51 ਸਾਲ ਦਾ ਸੀ, ਜੋ ਕਿ ਅਫਗਾਨਿਸਤਾਨ ਦਾ ਰਹਿਣ ਵਾਲਾ ਸੀ। ਜ਼ਿਕਰਯੋਗ ਹੈ ਕਿ ਸਾਊਦੀ ਅਰੇਬੀਆ ਵੱਲੋਂ ਮੱਕਾ ਤੇ ਮਦੀਨਾ ਦੀਆਂ ਇਬਾਦਤਗਾਹਾਂ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਜਾ ਚੁੱਕਾ ਹੈ।